ਅਜਨਾਲਾ ਦੇ ਅਧੀਨ ਆਉਂਦੀ ਚੌਂਕੀ ਕੁੱਕੜਾਂ ਵਾਲੇ ਦੇ ਬਿਲਕੁਲ ਨਜ਼ਦੀਕ ਸਬ ਡਿਵੀਜ਼ਨ ਹਰਸ਼ਾ ਸਿੰਨਾ ਦੇ ਬਿਜਲੀ ਬੋਰਡ ਦੇ ਦਫ਼ਤਰ ਵਿਖੇ ਅੱਜ ਦੁਪਹਿਰ ਕਰੀਬ 2:30 ਵਜੇ ਦੋ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਕੈਸ਼ੀਅਰ ਲਖਵਿੰਦਰ ਸਿੰਘ ਦੇ ਕਮਰੇ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਨਾਲ ਹੀ 4,86,000 ਰੁਪਏ ਦੀ ਲੁੱਟ ਕਰਕੇ ਉੱਥੋਂ ਫਰਾਰ ਹੋ ਗਏ। ਇਸ ਮੌਕੇ ਜਦੋਂ SDO ਨੇ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਹਨਾਂ 'ਤੇ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਉਹ ਫਰਾਰ ਹੋਣ ਵਿੱਚ ਸਫਲ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ DSP ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਕਿਹਾ ਕਿ CCTV ਫੋਟੋ ਦੇ ਆਧਾਰ 'ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਥਾਂ ਥਾਂ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ। ਦੋ ਵੱਜ ਕੇ 20 ਮਿੰਟ 'ਤੇ ਆਏ ਆ, 1:30 ਵਜੇ ਆਪਾਂ ਕਾਊਂਟਰ ਮਤਲਬ ਕਿ ਰੋਟੀ ਖਾਣ ਵਾਸਤੇ ਬੰਦ ਕੀਤਾ, 2 ਵਜੇ ਫਿਰ ਖੁੱਲ੍ਹਾ ਕਾਊਂਟਰ, 2:20 'ਤੇ ਆਏ ਆ ਅਤੇ ਆਉਂਦਿਆਂ ਇਹਨਾਂ ਨੇ ਫਾਇਰ ਕੀਤਾ ਅਤੇ ਇੱਕ ਬੰਦਾ ਐਂਦੀ ਆ ਗਿਆ ਅਤੇ ਦਰਾਜ ਇੱਧਰ ਢਪਿਆ ਸੀ, ਦਰਾਜ ਵਿੱਚੋਂ ਪੈਸੇ ਕੱਢ ਕੇ ਲੈ ਜਾ। ਕਿੰਨੇ ਪੈਸੇ ਭਾਈ? ਮਤਲਬ ਕਿ 5 ਲੱਖ ਦੇ ਏਕੜ ਕਰੀਬ ਸੀ, 4,87,000 ਰੁਪਇਆ। 2 ਜਣੇ ਆਏ, ਗੋਲੀ ਵੀ ਕੁਛ ਲਈ? ਹਾਂਜੀ, ਇੱਕ ਗੋਲੀ ਚਲਾਈ ਹੈ ਜੀ, ਇੱਕ ਗੋਲੀ ਅੰਦਰ ਅਤੇ 2 ਵਾਰ ਫਾਇਰ ਕੀਤੇ। ਅੱਜ ਮੈਂ ਆਪਣੇ ਸੀਟ 'ਤੇ ਬੈਠਾ ਸੀ, ਲਗਭਗ 2:22 ਦਾ ਸਮਾਂ, ਕੇਸ ਫਾਈਲ ਦੇਖ ਰਿਹਾ ਸੀ ਕਿਸੇ ਕੰਜ਼ਿਊਮਰ ਦੀ, ਅਤੇ ਇੱਕ ਪਟਾਕਾ ਟਾਈਪ ਫਾਇਰ ਟਾਈਪ ਆਵਾਜ਼ ਆਈ, ਮੈਨੂੰ ਸ਼ੱਕ ਜਿਹਾ ਹੋਇਆ, ਮੈਂ ਉੱਠ ਕੇ ਦਰਵਾਜ਼ੇ ਆਪਣੇ ਤੋਂ ਬਾਹਰ ਨਿਕਲਣ ਲੱਗਾ ਤਾਂ 2 ਨਕਾਬਪੋਸ਼ ਲੁਟੇਰੇ ਜਿਹੜੇ ਕਿ ਬਾਹਰੀ ਦਫ਼ਤਰ ਦੇ ਮੇਰੇ ਆਪਣਾ ਦਰਵਾਜ਼ੇ 'ਤੇ ਮੈਨੂੰ ਮਿਲ ਗਏ, ਉਹਨਾਂ ਨਾਲ ਮੇਰਾ ਟਾਕਰਾ ਹੋਇਆ, ਉਹਨਾਂ ਨੇ ਮੇਰੇ 'ਤੇ ਫਾਇਰ ਕੀਤਾ, ਜਿਹੜਾ ਮੇਰੇ ਦਰਵਾਜ਼ੇ ਦੀ ਮੇਰੇ ਜਿਹੜਾ ਦਰਵਾਜ਼ਾ ਉਹਦੇ ਕੰਧ ਉੱਪਰ ਜਾ ਵੱਜਾ। ਉਸ ਤੋਂ ਬਾਅਦ ਮੈਂ ਉਹਨਾਂ ਦਾ ਪੇਸ਼ਾ ਕੀਤਾ ਅਤੇ ਉਹਨਾਂ ਨੇ ਦਿੱਤਾ ਫਾਇਰ ਕੀਤਾ, ਉਹਨਾਂ ਕੋਲ ਇੱਕ ਪਿਸਟਲ ਸੀ ਕਾਲੇ ਰੰਗ ਦਾ ਮੌਜ ਟਾਈਪ, ਅਤੇ ਫਿਰ ਉਹ ਮੈਂ ਦਰਵਾਜ਼ੇ ਦੇ ਪਿੱਛੇ ਥੋੜ੍ਹਾ ਜਿਹਾ ਮੇਨ ਦਰਵਾਜ਼ੇ ਦੇ ਪਿੱਛੇ ਆਪਣੇ ਬਾਹਰ ਵਾਲੇ ਦੇ ਗੇਟ ਦੇ ਫੋਟੋ ਦੀ ਲੈ ਕੇ ਖਲੋਤਾ, ਉਹ ਮੋਟਰਸਾਈਕਲ 'ਤੇ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਚੜ੍ਹ ਕੇ ਪੁਲਿਸ ਚੌਂਕੀ ਦੇ ਵਿੱਚ ਦੀ ਮੇਰੇ ਸਾਹਮਣੇ ਉਹ ਨਿਕਲੇ ਆ। ਉਹਨਾਂ ਨੂੰ ਵੇਖ ਕੇ ਪੁਲਿਸ ਵਾਲੇ ਜਿਹੜੇ ਮੁਲਾਜ਼ਮ ਸੀਗੇ ਉਹ ਪੁਲਿਸ ਚੌਂਕੀ ਦੇ ਅੰਦਰ ਨੂੰ ਚੱਲ ਗਏ। ਸਾਡਾ ਕੈਸ਼ 4,86,603 ਰੁਪਏ ਦਾ ਨੁਕਸਾਨ ਹੈ। ਫੇਸ ਕਵਰਡ ਮੋਟਰਸਾਈਕਲ ਆਏ ਸੀ ਨੌਜਵਾਨ, ਉਹਨਾਂ ਡਰਾਵਾ ਦੇ ਕੇ ਫਾਇਰ ਕਰਕੇ ਛੱਤਾਂ 'ਚ, ਇਹਨਾਂ ਕੋਲ ਜਿਹੜਾ ਉਸ ਟਾਈਮ ਦੀ ਕਲੈਕਸ਼ਨ ਸੀਗੀ ਕੋਈ ਨੀਅਰ ਅਬਾਊਟ 4.5 ਲੱਖ ਦੇ ਲੱਗ ਸਕੇ, ਉਹ ਲੈ ਗਏ। ਉਹਦੇ ਸੰਬੰਧ 'ਚ ਅਸੀਂ ਸਾਰੇ ਜਿਹੜੇ ਆਪਣੇ ਹੈਗੇ ਆ ਉਹਦੀ CCTV ਫੁਟੇਜ ਅਲੱਗ ਅਲੱਗ ਚੈੱਕ ਕਰ ਰਹੇ ਹਾਂ, ਉਹਨਾਂ ਦੀਆਂ ਕੁਛ ਅਸੀਂ ਫੋਟੋਜ਼ ਵੀ ਦੇਖ ਰਹੀਆਂ ਹੈਗੀਆਂ, ਕੁਛ ਹੋਰ ਚੈੱਕ ਕਰ ਰਹੇ ਹਾਂ, ਜੋ ਵੀ ਸਾਨੂੰ ਸਾਹਮਣੇ ਆਇਆ ਵਾ ਉਹਦੇ ਮੁਤਾਬਕ ਅਸੀਂ ਬੰਦੇ ਫੜ ਲਵਾਂਗੇ, ਬਾਕੀ ਜਿਹੜੇ ਦੇਖ ਕੇ ਸਾਨੂੰ ਦੇਣਗੇ ਉਹਨਾਂ ਤੁਹਾਨੂੰ ਕੇਸ ਰਜਿਸਟਰ ਕਰਾਂਗੇ। ਅਜਨਾਲਾ ਤੋਂ ਪੰਕਜ ਮੱਲੀ ਦੀ ਰਿਪੋਰਟ, ਪੰਜਾਬ ਟੂਡੇ।